ਜਦ ਇਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਕੁਛ ਦਿਨ ਪਹਿਲਾਂ ਉੱਥੇ ਰੈਡੀ ਕਰਕੇ ਆਇਆ ਸੀ ਅਤੇ ਇਹਨੂੰ ਜਦੋਂ ਸਖਤੀ ਨਾਲ ਪੁੱਛਗਿੱਛ ਪੁੱਛੀ ਅਤੇ ਇਹਨੇ ਆਪਣਾ ਜੁਰਮ ਕਬੂਲ ਕਰ ਲਿਆ ਕਿ ਇਹਨੂੰ ਇਸ ਪਰਿਵਾਰ ਨੇ ਇਹਦੀਆਂ ਗਲਤ ਮਾੜੀਆਂ ਹਰਕਤਾਂ ਕਰਕੇ ਇਹਨੂੰ ਕੁੱਟਮਾਰ ਕੀਤੀ ਸੀ ਅਤੇ ਇਹਦੀ ਕਾਫ਼ੀ ਕੁੱਟਮਾਰ ਕੀਤੀ ਸੀ ਜਿਸ ਤੋਂ ਨਾਰਾਜ਼ ਹੋ ਗਏ ਆਪਣਾ ਬਦਲਾ ਲੈਣ ਦੀ ਹੈ ਸਾਰੇ ਪਰਿਵਾਰ ਨੂੰ ਲੈ ਸਕਦਾ। ਸਰ 26 ਸਤੰਬਰ ਨੂੰ ਇੱਕ ਕਾਰ ਜੰਡਵਾਲਾ ਮੀਰਾ ਸਾਂਗਲਾ ਦੇ ਕੋਲ ਗੰਗ ਕੈਨਾਲ ਦੇ ਵਿੱਚ ਗਿਰੀ ਸੀ, ਉਹ ਸਰ ਉਸ ਕੇਸ ਦੇ ਵਿੱਚ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਔਰ ਅੱਗੇ ਉਸ ਕੇਸ ਦੀ ਕੀ ਜਾਣਕਾਰੀ ਹੈ? ਇਹ 26 ਸਤੰਬਰ ਨੂੰ ਇੱਕ ਸੈਂਟਰੋ ਕਾਰ ਜਿਹੜੀ ਸੀਗੀ ਪਿੰਡ ਅੰਬਰਪੁਰਾ ਤੋਂ ਗਈ ਸੀ, ਗੰਗ ਕੈਨਾਲ ਵਿੱਚ ਡਿੱਗੀ ਸੀ ਜੀ। 7 ਵਿਅਕਤੀ ਜਿਹੜੇ ਸੀਗੇ ਉਹ ਉਹਨਾਂ ਦੀ ਡੈਥ ਹੋ ਗਈ ਸੀ। ਇੱਕ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹ ਬਚ ਕੇ ਬਾਹਰ ਨਿਕਲ ਆਇਆ ਸੀ, ਜਿਹਨੇ ਦੱਸਿਆ ਸੀ ਵੀ ਇਹ ਕਾਰ ਦਾ ਸਟੇਅਰਿੰਗ ਲੋਕ ਹੋ ਗਿਆ ਅਤੇ ਜਿਹਦੇ ਬਿਨਾਂ 'ਤੇ ਕਾਰ ਚਲੀ ਹੈ ਕੁਦਰਤੀ ਡਿੱਗ ਗਈ। ਲੇਕਿਨ ਸਾਨੂੰ ਕੁਛ ਚੀਜ਼ਾਂ 'ਤੇ ਸ਼ੱਕ ਹੋਇਆ, ਇਹ ਪਤਾ ਲੱਗਿਆ ਵੀ ਕਾਰ ਜਿਹੜਾ ਸੀਗਾ ਉਹ ਮਰਨ ਵਾਲਾ ਸੁਰਿੰਦਰ ਨਹੀਂ, ਇਹ ਬਲਵਿੰਦਰ ਸਿੰਘ ਖੁਦ ਹੀ ਚਲਾ ਰਿਹਾ ਸੀ। ਜਦ ਇਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਕੁਛ ਦਿਨ ਪਹਿਲਾਂ ਉੱਥੇ ਰੈਕੀ ਕਰਕੇ ਆਇਆ ਸੀ ਅਤੇ ਇਹਨੂੰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਅਤੇ ਇਹਨੇ ਆਪਣਾ ਜੁਰਮ ਕਬੂਲ ਕਰ ਲਿਆ ਕਿ ਇਹਨੂੰ ਇਸ ਪਰਿਵਾਰ ਨੇ ਇਹਦੀਆਂ ਗਲਤ ਮਾੜੀਆਂ ਹਰਕਤਾਂ ਕਰਕੇ ਇਹਨੂੰ ਕੁੱਟਮਾਰ ਕੀਤੀ ਸੀ ਅਤੇ ਇਹਦੀ ਕਾਫ਼ੀ ਕੁੱਟਮਾਰ ਕੀਤੀ ਜਿਸ ਤੋਂ ਨਾਰਾਜ਼ ਹੋ ਗਏ ਨੇ ਆਪਣਾ ਬਦਲਾ ਲੈਣ ਦੀ ਖਾਤਰ ਸਾਰੇ ਪਰਿਵਾਰ ਨੂੰ ਇਹਨਾਂ 'ਚ ਸਕਦੇ। ਸਰ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਵਾਸਤੇ ਕੀ ਦਿੱਕਤਾਂ ਆਈਆਂ, ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਗਈ? ਦਿੱਕਤ ਹੈ ਜੀ, ਇੱਕ ਪਰਿਵਾਰ ਦੇ 7 ਜਿਹੜੇ ਜਦੋਂ ਜੀ ਚਲੇ ਜਾਣ ਤਾਂ ਕਾਫ਼ੀ ਪ੍ਰੋਬਲਮ ਆਉਂਦੀ ਹੈ, ਲੇਕਿਨ ਘਰਦਿਆਂ ਨੇ ਸਾਨੂੰ ਸਾਥ ਦਿੱਤਾ, ਉਹਨਾਂ ਨੇ ਸਾਨੂੰ ਕਿਹਾ ਵੀ ਇਹਦੀਆਂ ਹਰਕਤਾਂ ਬਹੁਤ ਮਾੜੀਆਂ ਸੀਗੀਆਂ, ਤੁਸੀਂ ਇਹਦੀ ਪੜਤਾਲ ਕਰੋ। ਜਦ ਅਸੀਂ ਥਾਰੋਲੀ ਪੜਤਾਲ ਕੀਤੀ, ਇਹਨੂੰ ਪੁੱਛਿਆ ਗਿਆ ਵੀ ਕਾਰ ਕਿਸ ਤਰ੍ਹਾਂ ਚਲਾਉਂਦਾ ਸੀ, ਅਸੀਂ CCTV ਫੁਟੇਜ ਚੈੱਕ ਕੀਤੇ, ਉਹ ਪਤਾ ਲੱਗਿਆ ਵੀ ਕਾਰ ਜਿਹੜਾ ਇਹ ਤਾਂ ਭਾਈ ਨਹੀਂ ਸੀ, ਇਹ ਖੁਦ ਹੀ ਚਲਾ ਰਿਹਾ ਸੀ। ਅਤੇ ਫਿਰ ਪਤਾ ਲੱਗਿਆ ਵੀ ਇਹ ਜਿਹੜਾ ਇਸ ਤੋਂ ਪਹਿਲਾਂ ਜਦੋਂ ਮੱਥਾ ਟੇਕਣ ਲਈ ਗਿਆ ਸੀ ਤਾਂ ਰਸਤੇ 'ਚ ਉੱਥੇ ਰੁਕਿਆ ਸੀ, ਰੁਕ ਕੇ ਨੇ ਉਹ ਨਹਿਰ 'ਤੇ ਸਾਰੀ ਰੈਕੀ ਕੀਤੀ ਪ੍ਰੋਪਰ, ਉਹ ਵੀ ਜਿਹੜੀ ਲੜਕੀ ਮਰਨ ਵਾਲੀ ਉਹਦੀ ਮਾਤਾ ਨੇ ਦੱਸਿਆ ਕਿਉਂਕਿ ਉਸ ਵਕਤ ਨਾਲ ਸੀ। ਇਸ ਤਰ੍ਹਾਂ ਕਰਕੇ ਸਾਨੂੰ ਕਾਫ਼ੀ ਸਬੂਤ ਜਿਹੜੇ ਇਹਦੇ ਅਗੇਂਸਟ ਮਿਲੇ ਅਤੇ ਇਹਨੇ ਫਿਰ ਇਹਦੇ ਅਗੇਂਸਟ ਅਸੀਂ 300 ਦਾ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕਰ ਲਿਆ। ਸਰ ਇਹ ਪਤਾ ਚੱਲਿਆ ਵੀ ਨਹਿਰ 'ਚੋਂ ਕਿਵੇਂ ਬਾਹਰ ਆਇਆ ਜਾਂ ਇਹ ਮਤਲਬ ਕਾਰ ਨੂੰ ਸਿੱਟਣ ਤੋਂ ਬਾਅਦ ਨਹਿਰ 'ਚ ਗਿਰਿਆ ਸੀ ਪਹਿਲਾਂ ਕਿਸ ਤਰ੍ਹਾਂ ਦੇ? ਇਹਨੂੰ ਪਹਿਲਾਂ ਹੀ ਸ਼ਾਇਦ ਸੀ ਜਿਹੜਾ ਕਾਰ ਦਾ ਸ਼ੀਸ਼ਾ ਪਹਿਲਾਂ ਇਹਨੇ ਬ੍ਰੇਕ ਕੀਤਾ ਹੋਇਆ ਸੀਗਾ ਤਾਂ ਕਿ ਜਦੋਂ ਇਹਨੇ ਕਾਰ ਜਦੋਂ ਸਿੱਟੀ ਤਾਂ ਜ਼ੋਰ ਦੀ ਇਹਨੇ ਮਾਰਿਆ ਮੁੱਕਾ ਤਾਂ ਕਿ ਪਤਾ ਲੱਗੇ ਵੀ ਹੱਥ 'ਤੇ ਨਿਸ਼ਾਨ ਸੀਗੇ, ਇਹ ਇਮੀਜੀਏਟਲੀ ਬਾਹਰ ਆ ਗਿਆ ਅਤੇ ਕਾਰ ਚਲੀ ਗਈ। ਸਰ ਕੀ ਕਾਰਵਾਈ ਕੀਤੀ ਗਈ ਇਸ ਨਾਲ? ਇਹਦੇ ਅਗੇਂਸਟ ਜਿਹੜੀ ਲੜਕੀ ਕੁਲਵਿੰਦਰ ਕੌਰ ਸੀ ਉਹਦਾ ਜਿਹੜਾ ਬਾਪ ਸੀ ਪੱਕਾ ਚਿਸ਼ਤੀ ਦਾ ਹਰਬੰਸ ਸਿੰਘ, ਉਹਦੇ ਬਿਆਨ 'ਤੇ ਅਸੀਂ 302 ਦਾ ਇਹਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨੂੰ ਕੱਲ੍ਹ ਅਸੀਂ ਗ੍ਰਿਫਤਾਰ ਕਰ ਲਿਆ, ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪ੍ਰਮਾਣ ਹਾਸਲ ਕਰ ਲਿਆ। ਮੇਰਾ ਨਾਮ ਕਰਨੈਲ ਸਿੰਘ ਹੈ ਜੀ, ਮੈਂ ਟਣੀ ਅਮਰਪੁਰਾ ਦਾ ਸਰਪੰਚ ਹਾਂ ਜੀ। ਇਹ ਜਿਹੜਾ ਹਾਦਸਾ ਹੋਇਆ ਸੀ ਜੀ 26/9/2019 ਨੂੰ, ਜਿਹੜੀ ਗੰਗ ਕਨਾਲ 'ਚ ਕਾਰ ਡਿੱਗੀ ਸੀ ਸੈਂਟਰੋ, ਉਹਦਾ ਸਾਨੂੰ ਪਹਿਲਾਂ ਤਾਂ ਇਹੀ ਲੱਗਿਆ ਸੀ ਵੀ ਕੁਦਰਤੀ ਹਾਦਸਾ ਹੈ ਜੀ, ਜਾਂ ਜਿਵੇਂ ਉਹਨੇ ਕਹਿਤਾ ਸੀ ਬਲਵਿੰਦਰ ਸਿੰਘ ਨੇ ਸਟੇਅਰਿੰਗ ਜਾਮ ਹੋਣ ਕਰਕੇ ਵੀ ਇਹ ਕਾਰ ਡਿੱਗੀ ਹੈ ਜੀ। ਪਰ ਕੁਛ ਦਿਨ ਪੈਣ ਤੋਂ ਬਾਅਦ ਸਾਨੂੰ ਲੋਕਾਂ ਦੀਆਂ ਗੱਲਾਂ ਤੋਂ ਜਾਂ ਇਹਦੇ ਵਿਵਹਾਰ ਤੋਂ ਪਤਾ ਲੱਗਿਆ ਤਾਂ ਅਸੀਂ ਉੱਥੇ ਜਾ ਕੇ ਨਹਿਰ 'ਤੇ ਜਾ ਕੇ ਵੈਰੀਫਿਕੇਸ਼ਨ ਕੀਤੀ ਤਾਂ ਲੋਕਾਂ ਨੇ ਲੋਕਾਂ ਨੇ ਕਿਹਾ ਵੀ ਇਹ ਗੱਡੀ ਇਹ ਬੰਦਾ ਚਲਾ ਰਿਹਾ ਸੀ, ਪਰ ਇਹ ਆਪਦੀ ਗੱਲ 'ਤੇ ਅੜਿਆ ਹੋਇਆ ਸੀ। ਕਹਿੰਦਾ ਵੀ ਮੈਂ ਤਾਂ ਸ਼ਤੀਰ ਵਾਲੇ ਫਾਟਕ ਤੋਂ ਪਿੱਛੇ ਸੁਰਿੰਦਰ ਨੂੰ ਗੱਡੀ ਦੇ ਦਿੱਤੀ ਸੀ, ਪਰ ਗੱਡੀ ਇਹ ਖੁਦ ਹੀ ਚਲਾ ਰਿਹਾ ਸੀ। ਜਦੋਂ ਇਹਦੇ ਖਿਲਾਫ ਫਿਰ ਇਹਨਾਂ ਦੇ ਸੁਰਿੰਦਰ ਦੇ ਸਹੁਰੇ ਪਰਿਵਾਰ ਨੇ ਕੋਈ ਐਪਲੀਕੇਸ਼ਨ ਲਾਈ ਤਾਂ ਉਦੋਂ ਬਾਅਦ ਪੁਲਿਸ ਨੇ ਵੈਰੀਫਿਕੇਸ਼ਨ ਕਰਕੇ ਅਤੇ ਮੰਨ ਗਿਆ ਸਾਰਾ ਕੁਛ। ਕਹਿੰਦਾ ਜੀ ਮੈਂ ਮਾਰਿਆ, ਮੇਰੀ ਇਹਨਾਂ ਨੇ ਮੇਰੀ ਮਾੜੀ ਮੋਟੀ ਕੁੱਟਮਾਰ ਕੀਤੀ ਸੀ ਘਰ ਦੇ ਵਿੱਚ ਅਤੇ ਉਹਦੇ ਕਾਰਨ ਉਹਦੀ ਰੰਜਿਸ਼ ਦੇ ਕਰਕੇ ਅਤੇ ਮੈਂ ਸਾਰੇ ਪਰਿਵਾਰ ਨੂੰ ਖਤਮ ਕਰਤਾ ਸੀ। ਬਾਕੀ ਅੱਗੇ ਪ੍ਰਸ਼ਾਸਨ ਨੇ ਜੋ ਵੀ ਇਹਦੇ 'ਤੇ ਬਣਦੀ ਕਾਰਵਾਈ ਉਹ ਕਰ ਵੀ ਰਹੇ ਨੇ ਅਤੇ DSP ਸਾਹਿਬ ਵੀ ਸਾਡਾ ਬਹੁਤ ਸਾਥ ਦਿੱਤਾ, SHO ਸਾਹਿਬ, SSP ਸਾਹਿਬ, ਅਸੀਂ ਧੰਨਵਾਦ ਕਰਦੇ ਹਾਂ। ਵੀ ਬ੍ਰਦਰ ਜਲਾਨ ਵਾਲਾ ਹੈਗਾ ਜੀ, ਗੱਡੀ ਦਾ ਕਹਿੰਦਾ ਸਟੇਅਰਿੰਗ ਜਾਮ ਹੋ ਗਿਆ, ਮੈਂ ਉਹਨੂੰ ਕਿਹਾ ਬ੍ਰੇਕ ਲਾ, ਉਹਨੇ ਰੇਸ 'ਤੇ ਪੈਰ ਰੱਖ ਦਿੱਤਾ, ਗੱਡੀ ਚੱਲੀ ਮੈਂ ਆਪਣੇ। ਕਿੰਨੇ ਬੰਦੇ ਸੀ ਵਿੱਚ? 8 ਜਣੇ ਹੈਗੇ ਸੀ, ਮੈਂ ਇੱਕੋ ਬੱਚਾ ਸੀ, ਬਾਕੀ ਸਾਰੇ ਮਰ ਗਏ। ਕਿੰਨੇ ਬੱਚੇ ਸੀ ਵਿੱਚ? 4 ਬੱਚੇ ਸੀਗੇ, ਇੱਕ ਮਾਤਾ ਸੀ, ਇੱਕ ਮੇਰਾ ਬ੍ਰਦਰ ਸੀ, ਇੱਕ ਉਹਦੇ ਘਰ ਦੇ ਸੀ। ਕੀ ਨਾਂ ਸੀ ਉਹਨਾਂ ਦੇ? ਬਾਅਦ Thank you.
ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਘਰ ਬੈਠੇ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 7339998181।